ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਨਿੱਕੀ ਯਾਦ ਨੂੰ ਮੁੱਖ ਰੱਖਦੇ ਹੋਏ ਮਾਤਾ ਰਾਣੀ ਰੋਡ ਮਾਰਕੀਟ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦਾਸ ਹਰਲੇਖ ਸਿੰਘ ਸੈਣੀ ਅਤੇ ਹਰਜਿੰਦਰ ਸਿੰਘ ਮਾਨ, ਬਬਲੂ ਜੀ, ਲੱਕੀ ਜੀ, ਮੇਰੇ ਮਾਤਾ ਜੀ ਬੈਠੇ ਨਾਲ ਇਹਨਾਂ ਦੇ ਔਰ ਇਹ ਪੂਰੇ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਇਹ ਜਿਹੜਾ ਲੰਗਰ ਲਗਾਇਆ ਜਾਂਦਾ, ਇਹ 11ਵਾਂ ਲੰਗਰ ਹੈ ਜੀ, ਜਿਹਦੇ ਵਿੱਚ ਅਸੀਂ ਦਾਲ ਅਤੇ ਸਬਜ਼ੀ ਅਤੇ ਪ੍ਰਸ਼ਾਦੇ ਦਾ ਲੰਗਰ ਹਰ ਸਾਲ ਚਲਾਉਂਦੇ ਹਾਂ। ਉਹਨਾਂ ਨੂੰ ਸ਼ਹੀਦਾਂ ਨੂੰ ਮੁੱਖ ਰੱਖਦੇ ਹੋਏ ਯਾਦ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ 11ਵਾਂ ਜਿਹੜਾ ਲੰਗਰ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ। ਕਿੰਨੀ ਤਰੀਕ ਨੂੰ ਸਰ? ਇਹ ਤਰੀਕ ਜੀ 28 ਤਰੀਕ ਦਿਨ ਵੀਰਵਾਰ ਨੂੰ। ਪਹਿਲਾਂ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ 9 ਤੋਂ 11 ਤੱਕ, ਫਿਰ ਅੱਧਾ ਘੰਟਾ ਕੀਰਤਨ ਚੱਲੇਗਾ। 11:30 ਸਮਾਪਤੀ ਤੋਂ ਬਾਅਦ 12 ਵਜੇ ਪੂਰੇ ਇਹ ਜਿਹੜਾ ਲੰਗਰ ਆ ਹਰੇਕ ਸਾਲ ਸਟਾਰਟ ਹੋ ਜਾਂਦਾ ਅਤੇ ਦੇਰ ਰਾਤ 9 ਤੋਂ 10 ਵਜੇ ਤੱਕ ਇਹ ਲੰਗਰ ਚੱਲਦਾ। ਇਹ ਤੁਹਾਡੇ ਸਾਰੇ ਹੀ ਸਮੂਹ ਇਲਾਕਾ ਨਿਵਾਸੀਆਂ ਦੇ ਅਤੇ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ, ਤੁਹਾਡੀ ਪ੍ਰੈਸ ਦੇ ਸਹਿਯੋਗ ਨਾਲ ਇਹ ਲੰਗਰ ਚੱਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲਓ ਜੀ, SKB ਨਿਊਜ਼ ਤੋਂ ਮੈਂ ਸਤੀਸ਼ ਬਾਲੀ ਜੀ, ਜੈ ਹਿੰਦ ਜੈ ਭਾਰਤ।